ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਆਏ ਹੋਏ ਹਾਂ ਜੀ ਅੱਜ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਜੀ ਪਾਤਸ਼ਾਹੀ ਨੌਵੀਂ ਜੀ ਦਾ ਸਥਾਨ ਹੈ ਜੀ ਆ ਜਾਓ ਇਸ ਸਥਾਨ ਨੂੰ ਘੁੰਮਦੇ ਹਾਂ ਇਸ ਸਥਾਨ ਦੇ ਦਰਸ਼ਨ ਕਰਦੇ ਹਾਂ ਨਾਲ ਇਸ ਸਥਾਨ ਦੇ ਇਤਿਹਾਸ ਬਾਰੇ ਜਾਣਦੇ ਹਾਂ ਜੀ ਆ ਜਾਓ ਜੀ ਅੰਦਰ ਇਹ ਬਣੀ ਹੋਈ ਆ ਗੁਰਦੁਆਰਾ ਸਾਹਿਬ ਦੇ ਵਿੱਚ ਪਾਰਕਿੰਗ ਇਸ ਦੇ ਵਿੱਚ ਤੁਸੀਂ ਆਪਣਾ ਸਾਧਨ ਖੜਾ ਕਰ ਸਕਦੇ ਹੋ ਕਾਰ ਸਕੂਟਰ ਮੋਟਰਸਾਈਕਲ ਜੀ ਇਹ ਆ ਜੀ ਸਾਹਮਣੇ ਜੋੜਾ ਘਰ ਗੁਰਦੁਆਰਾ ਸਾਹਿਬ ਦਾ ਉਰੇ ਜੋੜਾ ਘਰ ਆ ਜੀ ਇਹ ਸਾਹਮਣੇ ਇਸ ਅਸਥਾਨ ਦੇ ਉੱਤੇ ਜੀ ਨੌਵੇਂ ਪਾਤਸ਼ਾਹ ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਹੀਦ ਕੀਤਾ ਗਿਆ ਸੀ ਜੀ ਨੌਵੇਂ ਪਾਤਸ਼ਾਹ ਜੀ ਦਾ ਧੜ ਭਾਈ ਲੱਖੀ ਸ਼ਾਹ ਬਣਜਾਰਾ ਲੈ ਗਿਆ ਸੀ ਜੀ ਉਹਨਾਂ ਨੇ ਆਪਣੇ ਘਰ ਨੂੰ ਅੱਗ ਲਗਾ ਕੇ ਨੌਵੇਂ ਪਾਤਸ਼ਾਹ ਦੇ ਧੜ ਦਾ ਸੰਸਕਾਰ ਕੀਤਾ ਸੀ ਅਤੇ ਪਾਤਸ਼ਾਹ ਦੇ ਸੀਸ ਨੂੰ ਭਾਈ ਜੈਤਾ ਜੀ ਅਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕੋਲ ਲੈ ਗਏ ਸਨ ਜੀ ਕਹਿ ਦੇਣਾ ਸੌਖਾ ਜੀ ਪਰ ਉਸ ਸਮੇਂ ਸੋਚ ਕੇ ਦੇਖਿਓ ਕਿੱਡੀ ਵੱਡੀ ਗੱਲ ਸੀ ਪਾਤਸ਼ਾਹ ਦੇ ਸੀਸ ਨੂੰ ਲੈ ਜਾਣਾ ਪਾਤਸ਼ਾਹ ਦੇ ਧੜ ਨੂੰ ਲੈ ਜਾਣਾ ਜੀ ਬਹੁਤ ਵੱਡੀ ਕੁਰਬਾਨੀ ਹੋਈ ਹੋਈ ਆ ਜੀ ਸਾਡੇ ਪਾਤਸ਼ਾਹ ਜੀ ਦੀ ਇਹ ਆ ਜੀ ਲੰਗਰ ਹਾਲ ਇੱਥੇ ਪ੍ਰਸ਼ਾਦਾ ਪਾਣੀ ਛਕ ਸਕਦੇ ਹੋ ਤੁਸੀਂ ਇਸ ਜਗ੍ਹਾ ਦੇ ਉੱਤੇ ਜੀ ਗੁਰੂ ਜੀ ਦੇ ਤਿੰਨ ਸਿੱਖਾਂ ਨੂੰ ਭਾਈ ਮਤੀਦਾਸ ਜੀ ਭਾਈ ਸਤੀਦਾਸ ਜੀ ਅਤੇ ਭਾਈ ਦਿਆਲਾ ਜੀ ਨੂੰ ਗੁਰੂ ਜੀ ਦੀਆਂ ਅੱਖਾਂ ਸਾਹਮਣੇ ਸ਼ਹੀਦ ਕੀਤਾ ਗਿਆ ਸੀ ਜੀ ਭਾਈ ਮਤੀਦਾਸ ਜੀ ਨੂੰ ਆਰੇ ਦੇ ਨਾਲ ਚੀਰ ਦਿੱਤਾ ਗਿਆ ਸੀ ਜੀ ਭਾਈ ਸਤੀਦਾਸ ਜੀ ਨੂੰ ਰੂੰ ਦੇ ਵਿੱਚ ਲਪੇਟ ਕੇ ਅੱਗ ਲਗਾ ਦਿੱਤੀ ਗਈ ਸੀ ਅਤੇ ਭਾਈ ਦਿਆਲਾ ਜੀ ਨੂੰ ਉੱਬਲਦੀ ਦੇਗ ਦੇ ਵਿੱਚ ਉਬਾਲ ਦਿੱਤਾ ਗਿਆ ਸੀ ਜੀ ਚਾਲਮ ਸੋਚਦਾ ਸੀ ਵੀ ਸ਼ਾਇਦ ਗੁਰੂ ਜੀ ਦੀਆਂ ਅੱਖਾਂ ਸਾਹਮਣੇ ਜੇ ਇਹਨਾਂ ਸਿੱਖਾਂ ਨੂੰ ਗੁਰੂ ਜੀ ਦੇ ਪਿਆਰਿਆਂ ਨੂੰ ਸ਼ਹੀਦ ਕਰੂੰਗਾ ਤਾਂ ਸ਼ਾਇਦ ਨੌਵੇਂ ਪਾਤਸ਼ਾਹ
ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਡਰ ਜਾਣਗੇ, ਘਬਰਾ ਜਾਣਗੇ। ਗੁਰਦੁਆਰਾ ਸਾਹਿਬ ਦੇ ਸਾਹਮਣੇ ਜੀ ਇੱਧਰ ਮਾਰਕੀਟ ਬਣੀ ਹੋਈ ਹੈ, ਸਾਹਮਣੇ ਪਰੌਂਠੇ ਵਾਲੀ ਗਲੀ ਆ, ਹੋਰ ਨੇ ਵਾਹਵਾ ਮਸ਼ਹੂਰ ਨੇ, ਯਾਨੀ ਗੁਰਦੁਆਰਾ ਸਾਹਿਬ ਦੇ ਆਲੇ ਦੁਆਲੇ ਨਾ ਬਹੁਤ ਜ਼ਿਆਦਾ ਮਾਰਕੀਟ ਬਣੀ ਹੋਈ ਆ, ਦੋਨੇ ਪਾਸੇ ਹੋਲਸੇਲ ਮਾਰਕੀਟ ਵੀ ਆ। ਆ ਜਾਓ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਜੀ ਮਾਰਕੀਟ, ਥੋੜ੍ਹੀ ਜਿਹੀ ਆਪਾਂ ਦੇਖਦੇ ਹਾਂ, ਆਓ ਚੱਲੀਏ। ਜੇਕਰ ਤੁਸੀਂ ਬੈਗ ਖਰੀਦਣਾ ਚਾਹੋ ਤਾਂ ਇੱਥੋਂ ਬੈਗ ਖਰੀਦ ਸਕਦੇ ਹੋ, ਸੇਲ ਲੱਗੀ ਹੋਈ ਹੈ ਜੀ। ਜੇਕਰ ਕੋਈ ਵਾਚ ਖਰੀਦਣੀ ਹੋਵੇ ਤਾਂ ਉਹ ਵੀ ਖਰੀਦ ਸਕਦੇ ਹਾਂ। ਇੱਧਰ ਅਗਰ ਤੁਸੀਂ ਆਈਸਕ੍ਰੀਮ ਖਾਣਾ ਚਾਹੋ, ਜੇਕਰ ਤੁਸੀਂ ਕੋਈ ਕੱਪੜਾ ਖਰੀਦਣਾ ਚਾਹੋ ਤਾਂ ਉਹ ਵੀ ਖਰੀਦ ਸਕਦੇ ਹੋ। ਇੱਥੇ ਫੇਮਸ ਜਲੇਬੀ ਵਾਲਾ, ਜੇਕਰ ਤੁਸੀਂ ਜਲੇਬੀ ਖਾਣੀ ਚਾਹੋ ਤਾਂ ਇੱਥੇ ਖਾ ਸਕਦੇ ਹੋ। ਇਹ ਹੈ ਜੀ ਇੱਥੇ ਫੇਮਸ ਜਲੇਬੀ ਵਾਲਾ, ਜੇਕਰ ਤੁਸੀਂ ਜਲੇਬੀ ਖਾਣਾ ਚਾਹੋ ਤਾਂ ਇੱਥੇ ਜ਼ਰੂਰ ਖਾਇਓ ਜੀ। ਜਦੋਂ ਆਪਾਂ ਨਾ ਗੁਰਦੁਆਰਾ ਸਾਹਿਬ ਨੂੰ ਜਾਂਦੇ ਹਾਂ ਉਦੋਂ ਰਸਤੇ ਦੇ ਵਿੱਚ ਆਉਂਦਾ ਆ, ਬਹੁਤ ਮਸ਼ਹੂਰ ਬੰਦਾ ਇਹ ਜਲੇਬੀ ਵਾਲਾ। ਜੇਕਰ ਤੁਸੀਂ ਕੱਪੜਾ ਖਰੀਦਣਾ ਚਾਹੋ ਤਾਂ ਉਹ ਵੀ ਖਰੀਦ ਸਕਦੇ ਹਾਂ। ਗੁਰਦੁਆਰਾ ਸਾਹਿਬ ਨੂੰ ਜਾਂਦੇ ਹੋਏ ਮਾਰਕੀਟ ਬਣੀ ਹੋਈ ਹੈ, ਕੋਈ ਵੀ ਸਮਾਨ ਤੁਸੀਂ ਖਰੀਦਣਾ ਹੋਵੇ ਤਾਂ ਖਰੀਦ ਸਕਦੇ ਹੋ ਇੱਥੋਂ। ਆ ਬੈਗ ਆ ਸਾਰਾ ਜੀ ਸਿਟਿੰਗ ਏਰੀਆ, ਜੇਕਰ ਤੁਸੀਂ ਥੱਕ ਜਾਂਦੇ ਹੋ ਤਾਂ ਤੁਸੀਂ ਇੱਥੇ ਬੈਠ ਕੇ ਆਰਾਮ ਕਰ ਸਕਦੇ ਹੋ। ਇੱਥੇ SBI ਬੈਂਕ ਦਾ ਹੈੱਡਕੁਆਰਟਰ ਵੀ ਨੇ ਅਤੇ ਨਾਲ ATM ਵੀ ਬਣਿਆ ਹੋਇਆ, ਜੇਕਰ ਤੁਹਾਨੂੰ ਪੈਸੇ ਜ਼ਰੂਰਤ ਪੈਂਦੀ ਹੈ ਤਾਂ ਤੁਸੀਂ ਆਪਣੇ ਡੈਬਿਟ ਕਾਰਡ ਤੋਂ ਕਢਾ ਸਕਦੇ ਹੋ। ਨੌਵੇਂ ਪਾਤਸ਼ਾਹ ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਇਸ ਸਥਾਨ ਦੀ, ਸ਼ੀਸ਼ਗੰਜ ਸਾਹਿਬ ਦੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ, ਚੈਨਲ ਨੂੰ ਲਾਈਕ ਐਂਡ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਜੀ। ਫਿਰ ਮਿਲਾਂਗੇ ਕਿਸੇ ਨਵੀਂ ਵੀਡੀਓ ਦੇ ਨਾਲ ਨਵੇਂ ਸਥਾਨ 'ਤੇ ਜੀ। ਤਦ ਲਈ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। Thank you.